ਐਮਡੀਐਚ ਤੇ ਐਵਰੈਸਟ ਮਸਾਲੇ ਤੇ ਹੋ ਰਿਹਾ ਵਿਵਾਦ। ਮੌਤ ਦੇ ਮਸਾਲੇ ਵੇਚ ਰਹੀਆਂ ਨੇ ਕੰਪਨੀਆਂ। ਆ ਮਸਾਲੇ ਖਾਣ ਨਾਲ ਹੋ ਸਕਦਾ ਕੈਂਸਰ। ਕੀ ਤੁਸੀਂ ਵੀ ਹਰ ਡਿਸ਼ 'ਚ ਐਮਡੀਐਚ ਜਾਂ ਐਵਰੈਸਟ ਮਸਾਲੇ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਤੁਸੀਂ ਪਰਿਵਾਰ ਨੂੰ ਆਪਣੇ ਹੱਥੀ ਮੌਤ ਦਾ ਸਮਾਨ ਖਿਲਾ ਰਹੇ ਹੋ। ਜੀ ਹਾਂ, ਗੱਲ ਹੈਰਾਨ ਕਰਨ ਵਾਲੀ ਹੈ ਪਰ ਸੱਚ ਹੈ। ਦੋਵੇਂ ਕੰਪਨੀਆਂ ਦੇ ਮਸਾਲਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਤੇ ਬਾਜ਼ਾਰਾਂ ਤੋਂ ਇਹ ਮਸਾਲੇ ਵਾਪਸ ਮੰਗਵਾਏ ਜਾ ਰਹੇ ਨੇ। ਇੰਨੀਆਂ ਵੱਡੀਆਂ ਕੰਪਨੀਆਂ ਨੇ ਅਜਿਹੀ ਗਲਤੀ ਕਿਉਂ ਕੀਤੀ ਹੈ ਜਿਸ ਨਾਲ ਇੰਨਾ ਵੱਡਾ ਪੰਗਾ ਪੈ ਗਿਆ? ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦੀ ਕੀ ਆ ਵਜ੍ਹਾ। ਐਮਡੀਐਚ ਪ੍ਰਾਈਵੇਟ ਲਿਮਟਿਡ ਅਤੇ ਐਵਰੈਸਟ ਫੂਡ ਪ੍ਰੋਟੈਕਸ਼ਨ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੋਵੇਂ ਕੰਪਨੀਆਂ ਦੇ ਉਤਪਾਦਾਂ ਦੇ ਵਿੱਚ ਕਾਰਸੀਨੋਜੈਨਿਕ ਕੀਟਨਾਸ਼ਕ ਐਥਲੀਨ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਬੈਨ ਹਾਕਾਗ ਨੇ ਲਾਇਆ ਹੈ। ਇਹਨਾਂ ਉਤਪਾਦਾਂ ਦੇ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਹਾਕਾਗ ਤੋਂ ਪਹਿਲਾਂ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਇਸੇ ਕਾਰਨ ਐਵਰੈਸਟ ਦੇ ਫਿਸ ਕਰੀ ਮਸਾਲਾ ਨੂੰ ਬਾਜ਼ਾਰ ਤੋਂ ਵਾਪਿਸ ਮੰਗਵਾਉਣ ਦਾ ਹੁਕਮ ਜਾਰੀ ਕੀਤਾ। ਹਾਕਾਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਐਮਡੀਐਚ ਗਰੁੱਪ ਦੇ 3 ਮਸਾਲਿਆਂ ਦੇ ਮਿਸ਼ਰਣ ਮਦਰਾਸ ਕਰੀ ਪਾਊਡਰ, ਸਾਬਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ ਵਿੱਚ ਕਾਰਸੀਨੋਜੈਨਿਕ ਕੀਟਨਾਸ਼ਕ ਐਥਲੀਨ ਆਕਸਾਈਡ ਦੀ ਉੱਚ ਮਾਤਰਾ ਪਾਈ ਗਈ ਹੈ। ਰੂਟੀਨ ਸਰਬਲੈਸ ਪ੍ਰੋਗਰਾਮ ਤਹਿਤ ਐਵਰੈਸਟ ਦੇ ਫਿਸ ਕਰੀ ਮਸਾਲਾ ਦੇ ਵਿੱਚ ਇਹ ਕੀਟਨਾਸ਼ਕ ਪਾਇਆ ਗਿਆ ਹੈ। ਸੰਬੰਧਿਤ ਵਿਭਾਗ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸੀਐਫਐਸ ਨੇ ਵਿਕਰੇਤਾਵਾਂ ਨੂੰ ਰੈਗੂਲੇਟਰੀ ਬਾਰੇ ਸੂਚਿਤ ਕੀਤਾ ਅਤੇ ਉਹਨਾਂ ਨੂੰ ਵਿਕਰੀ ਬੰਦ ਕਰਨ ਅਤੇ ਇਹਨਾਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਸੈਂਟਰ ਫਾਰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਵਿਕਰੇਤਾਵਾਂ ਅਤੇ ਦਰਾਮਦਕਾਰ ਨੇ ਪ੍ਰਭਾਵਿਤ ਉਤਪਾਦਾਂ ਨੂੰ ਵਾਪਿਸ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਥੀਲੀਨ ਆਕਸਾਈਡ ਇੱਕ ਕੀਟਨਾਸ਼ਕ ਹੈ ਜੋ ਖੇਤੀਬਾੜੀ ਦੇ ਵਿੱਚ ਕੀੜਿਆਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਇੱਕ ਸਟਰਲਾਈਜ਼ਿੰਗ ਏਜੰਟ ਵਜੋਂ ਕੰਮ ਕਰਦਾ ਹੈ। ਇਸ ਨੂੰ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਉਣ 'ਤੇ ਪਾਬੰਦੀ ਲਗਾਈ ਹੈ। ਨਾਲ ਇਸ ਦੀ ਵਰਤੋਂ ਸੀਮਿਤ ਮਾਤਰਾ ਦੇ ਵਿੱਚ ਮਸਾਲਿਆਂ ਵਿੱਚ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਜੇਕਰ ਸਟੀ ਰੀਥਾਈਲੀਨ ਆਕਸਾਈਡ ਦੀ ਨਿਯਤ ਮਾਤਰਾ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਇਹ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦੇ ਸੰਪਰਕ ਵਿੱਚ ਆਉਣ ਨਾਲ ਔਰਤਾਂ ਦੇ ਵਿੱਚ ਲਿੰਫਾਇਡ ਕੈਂਸਰ ਅਤੇ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਹ DNA ਦਿਮਾਗ ਅਤੇ ਨਰਵਸ ਸਿਸਟਮ ਨੂੰ ਵੀ ਨੁਕਸਾਨ ਪਹੁੰਚਾ ਸਕਦਾ। ਜੇ ਲੰਬੇ ਸਮੇਂ ਲਈ ਵਰਤਿਆ ਜਾਂਦਾ ਹੈ ਤਾਂ ਇਹ ਤਣਾਅ ਪੈਦਾ ਕਰ ਸਕਦਾ, ਨਾਲ ਹੀ ਅੱਖਾਂ ਦੀ ਚਮੜੀ, ਨੱਕ, ਗਲੇ ਅਤੇ ਫੇਫੜਿਆਂ ਦੇ ਵਿੱਚ ਜਲਨ ਕਰ ਸਕਦਾ। ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਿਕ ਇਸ ਦੀ ਵਰਤੋਂ ਨਾਲ ਲਿੰਫੋਮਾ ਅਤੇ ਲਿਊਕੇਮੀਆ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਮਾਮਲੇ ਤੇ ਕੰਪਨੀਆਂ ਦਾ ਵੀ ਬਿਆਨ ਸਾਹਮਣੇ ਆਇਆ ਹੈ। ਐਵਰੈਸਟ ਨੇ ਕਿਹਾ ਕਿ ਸਾਡੇ ਸਾਰੇ ਉਤਪਾਦ ਸਖਤ ਟੈਸਟਿੰਗ ਤੋਂ ਬਾਅਦ ਹੀ ਨਿਰਮਿਤ ਅਤੇ ਨਿਰਯਾਤ ਕੀਤੇ ਜਾਂਦੇ ਹਨ। ਅਸੀਂ ਸਫਾਈ ਅਤੇ ਭੋਜਨ ਸੁਰੱਖਿਆ ਦੇ ਮਿਆਰਾਂ ਦੀ ਸਖਤੀ ਨਾਲ ਪਾਲਣਾ ਕਰਦੇ ਹਾਂ। ਸਾਡੇ ਸਾਰੇ ਉਤਪਾਦਾਂ 'ਤੇ ਭਾਰਤੀ ਸਪਾਈਸ ਬੋਰਡ ਅਤੇ FSSI ਸਮੇਤ ਸਾਰੀਆਂ ਏਜੰਸੀਆਂ ਤੋਂ ਮਨਜ਼ੂਰੀ ਦੀ ਮੋਹਰ ਲੱਗੀ ਹੋਈ ਹੈ। ਦੋਵੇਂ ਕੰਪਨੀਆਂ ਦਾ ਵਪਾਰ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਤੇ ਹੁਣ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਲਈ ਮੁਸੀਬਤ ਖੜੀ ਹੋ ਸਕਦੀ ਹੈ। ਬਹਰਹਾਲ ਹੁਣ ਸਾਨੂੰ ਦਿਓ ਇਜਾਜ਼ਤ ਅਤੇ ਅਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਹਮਦਰਦ TV ਦੇ ਨਾਲ। ਬਿਊਰੋ ਰਿਪੋਰਟ, ਹਮਦਰਦ TV।